ਤੁਸੀਂ ਦੇਖ ਰਹੇ ਹੋ ਜੀ ਇਸ ਵੇਲੇ ਕਾਂਛੀ ਟੀ ਵੀ ਜੈ ਗੁਰਦੇਵ ਜੈ ਭੀਮ। ਇਸ ਵੇਲੇ ਅਸੀਂ ਪਹੁੰਚੇ ਹਾਂ ਡੇਰਾ ਸੱਚਖੰਡ ਬੱਲਾ, ਜਿੱਥੇ ਕਿ ਅੱਜ ਸੰਗਤ ਦੇ ਵਿੱਚ ਬਹੁਤ ਚਾਹ ਉਤਸ਼ਾਹ ਸਤਿਗੁਰ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦਾ। ਮੇਰੇ ਨਾਲ ਨੇ ਕ੍ਰਾਂਤੀਕਾਰੀ ਲੇਖਕ ਅਤੇ ਅਦਾਕਾਰ ਦੇਵ ਵਿਰਕ ਜੀ। ਸਭ ਤੋਂ ਪਹਿਲਾਂ ਜੈ ਗੁਰਦੇਵ ਜੈ ਭੀਮ ਜੈ ਸੰਵਿਧਾਨ। ਜੈ ਗੁਰਦੇਵ ਜੈ ਭੀਮ ਜੈ ਸੰਵਿਧਾਨ ਜੀ। ਕੀ ਕਹਿਣਾ ਚਾਹੋਗੇ ਅੱਜ ਸਤਿਗੁਰ ਰਵਿਦਾਸ ਮਹਾਰਾਜ ਜੀ ਦੇ ਮਹਾਨ ਗੁਰਪੁਰਬ ਦੇ ਉੱਤੇ? ਕੀ ਪਰਲ ਕਰਨ ਦੀ ਲੋੜ ਹੈ ਅੱਜ, ਕੀ ਕਸਮਾਂ ਖਾਣ ਦੀ ਲੋੜ ਜਿਹਦੇ ਨਾਲ ਸਤਿਗੁਰ ਰਵਿਦਾਸ ਮਹਾਰਾਜ ਜੀ ਦੀ ਵਿਚਾਰਧਾਰਾ ਵਾਲਾ ਸਮਾਜ ਸਿਰ ਸਕੇ? ਸਤਿਗੁਰ ਰਵਿਦਾਸ ਜੀ ਮਹਾਰਾਜ ਨੇ ਉਸ ਸਮੇਂ ਵੀ, ਅੱਜ ਤੋਂ 650 ਸਾਲ ਪਹਿਲਾਂ ਵੀ ਇਹ ਸੰਦੇਸ਼ ਸਾਡੀ ਕੌਮ ਦੇ ਲਈ ਦਿੱਤਾ ਕਿ ਅਵਿਦਿਆ ਹੈ ਤਕੀਨ ਵਿਵੇਕ ਦੀਪ ਮਲੀਨ। ਜੇ ਸਾਡੇ ਕੋਲ ਗਿਆਨ ਨਹੀਂ ਹੈਗਾ ਤਾਂ ਸਾਡੇ ਕੋਲ ਕੁਛ ਵੀ ਨਹੀਂ ਹੈਗਾ, ਸਮਝ ਲਓ ਅਸੀਂ ਅੰਨੇ ਤੁਰੇ ਫਿਰਦੇ ਹਾਂ। ਅਤੇ ਉਹਨਾਂ ਨੇ ਸਭ ਤੋਂ ਜ਼ਿਆਦਾ ਗਿਆਨ ਦੀ ਪ੍ਰਾਪਤੀ ਦੀ ਗੱਲ ਕੀਤੀ ਹੈ। ਜੇ ਗਿਆਨ ਹੋਊਗਾ ਤਾਂ ਫਿਰ ਸਾਡੇ ਕੋਲ ਕੋਈ ਸਮਝ ਹੋਊਗੀ, ਤਾਂ ਉਸ ਤੋਂ ਬਾਅਦ ਸਾਡਾ ਇਕੱਠ ਹੋਣਾ ਬਹੁਤ ਜ਼ਰੂਰੀ ਹੈ। ਜਿੱਦਾਂ ਉਹਨਾਂ ਨੇ ਮਧਪ ਮਖੀਰੇ ਦੀ ਗੱਲ ਕੀਤੀ ਹੈ ਵੀ ਜਿੱਦਾਂ ਮੱਖੀਆਂ ਇੱਕ ਆਪਣੇ ਛੱਤੇ ਦੇ ਉੱਤੇ ਇਕੱਠੀਆਂ ਹੋ ਕੇ ਬਹਿੰਦੀਆਂ, ਜੇ ਕੋਈ ਦੁਸ਼ਮਣ ਮਾਰ ਜਾਵੇ ਉਹਨਾਂ ਨਾਲ ਛੇੜਛਾੜ ਕਰਦਾ ਤਾਂ ਉਹਨੂੰ ਦੱਸ ਦਿੰਦੀਆਂ ਇਕੱਠ ਕੀ ਹੁੰਦਾ ਹੈ। ਅਤੇ ਇਹੋ ਜਿਹਾ ਜੇ ਅਸੀਂ ਮਤਲਬ ਗਿਆਨ ਦੀ ਪ੍ਰਾਪਤੀ ਕਰਕੇ ਅਸੀਂ ਇਕੱਠ ਕਰਕੇ ਫਿਰ ਤਾਂ ਹੀ ਉਹਨਾਂ ਦੇ ਸੰਕਲਪ ਜੋ ਸੀਗਾ ਵੀ ਬੇਗਮਪੁਰਾ ਸ਼ਹਿਰ ਕੋ ਨਾਉ, ਉਹ ਬੇਗਮਪੁਰੇ ਨੂੰ ਤਾਂ ਹੀ ਸਿਰ ਸਕਦੇ ਹਾਂ ਜਿੱਥੇ ਹਰ ਇੱਕ ਇਨਸਾਨ ਸੁਖੀ ਹੋਵੇ, ਜਿੱਥੇ ਕਿਸੇ ਨੂੰ ਕੋਈ ਭੇਦਭਾਵ ਨਾ ਹੋਵੇ, ਜਿੱਥੇ ਕੋਈ ਊਚ ਨੀਚ ਨਾ ਹੋਵੇ ਅਤੇ ਸਾਰੇ ਸੁਖੀ ਵੱਸਦੇ ਹੋਣ। ਇਹ ਤਾਂ ਹੀ ਸਿਰ ਸਕਦੇ ਹਾਂ ਜੇ ਅਸੀਂ ਉਹਨਾਂ ਦੇ ਪਾਏ ਪੂਰਨ ਅਤੇ ਉਹਨਾਂ ਵੱਲੋਂ ਦਿੱਤੇ ਗਏ ਸੰਦੇਸ਼ਾਂ ਦੇ ਉੱਤੇ ਆਪਣੇ ਆਪ ਨੂੰ ਖਰਾ ਉਤਰਦੇ ਹਾਂ ਤਾਂ। ਬਿਲਕੁਲ ਜੀ, ਬਹੁਤ ਧੰਨਵਾਦ ਜੀ। ਜੈ ਗੁਰਦੇਵ ਜੀ। ਸ਼ੁਕਰੀਆ ਜੀ। ਜੈ ਗੁਰਦੇਵ। ਧੰਨ ਗੁਰਦੇਵ ਜੀ। ਬਹੁਤ ਧੰਨਵਾਦ ਜੀ। ਇਹਨੇ ਕ੍ਰਾਂਤੀਕਾਰੀ ਲੇਖਕ ਦੇਵ ਵਿਰਕ ਜੀ, ਜਿਨ੍ਹਾਂ ਨੇ ਅੱਜ ਸਤਿਗੁਰ ਰਵਿਦਾਸ ਮਹਾਰਾਜ ਜੀ ਦੇ ਗੁਰਪੁਰਬ 'ਤੇ ਸੰਕਲਪ ਕਸਮਾਂ ਖਾਣ ਦੀ ਅੱਜ ਗੱਲ ਆਖੀ ਹੈ ਕਿ ਸਤਿਗੁਰ ਰਵਿਦਾਸ ਮਹਾਰਾਜ ਜੀ ਦੇ ਇਸ ਗੁਰਪੁਰਬ ਦੇ ਉੱਤੇ ਜਿੱਥੇ ਅਸੀਂ ਚਾਹ ਹੈ, ਜੋਸ਼ ਹੈ, ਵੱਡੇ ਵੱਡੇ ਅਸੀਂ ਸਮਾਗਮ ਵੀ ਕਰਨੇ ਨੇ, ਨਗਰ ਕੀਰਤਨ ਕੱਢਣੇ ਨੇ, ਪ੍ਰਭਾਤ ਫੇਰੀਆਂ ਕੱਢਣੀਆਂ ਨੇ, ਉੱਥੇ ਸੰਕਲਪ ਲੈਣ ਦੀ ਵੀ ਲੋੜ ਹੈ ਤਾਂ ਕਿ ਸਤਿਗੁਰ ਰਵਿਦਾਸ ਮਹਾਰਾਜ ਜੀ ਦੀ ਵਿਚਾਰਧਾਰਾ ਵਾਲਾ, ਸੋਚ ਵਾਲਾ ਉਹ ਬੇਗਮਪੁਰਾ ਵੱਸ ਸਕੇ ਜਿੱਥੇ ਸਮਾਜ ਬਰਾਬਰ ਹੋਵੇ, ਕਿਸੇ ਨੂੰ ਡਰ ਭੈ ਨਾ ਹੋਵੇ, ਸਮਾਨਤਾ ਹੋਵੇ। ਆਓ ਸੱਚ ਮੁੱਚ ਹੀ ਆਓ ਆਪਾਂ ਹੀ ਕੋਸ਼ਿਸ਼ ਕਰਨੀ ਆ ਕਿ ਆਓ ਜਾਤ ਪਾਤ ਦਾ ਕੋਡ ਬੰਧੀਏ, ਅੰਧ ਵਿਸ਼ਵਾਸ ਦਾ ਖਲਾਰਾ ਖਤਮ ਕਰੀਏ, ਅਤੇ ਸਤਿਗੁਰ ਰਵਿਦਾਸ ਮਹਾਰਾਜ ਜੀ ਸਾਡੇ 'ਤੇ ਇਹ ਤਦ ਹੀ ਖੁਸ਼ ਹੋਣਗੇ ਜੇ ਅਸੀਂ ਉਹਨਾਂ ਦੇ ਪਾਏ ਪੂਰਨਿਆਂ 'ਤੇ ਚੱਲਾਂਗੇ ਔਰ ਉਹਨਾਂ ਦੀ ਵਿਚਾਰਧਾਰਾ 'ਤੇ ਚੱਲਦੇ ਹੋਏ ਸਮਾਜ ਦੇ ਵਿੱਚ ਇਸ ਤਰ੍ਹਾਂ ਦੀ ਜਿਹੜੀ ਊਣਤਾਈਆਂ ਨੂੰ ਖਤਮ ਕਰਾਂਗੇ। ਬਹੁਤ ਧੰਨਵਾਦ ਜੀ। ਤੁਸੀਂ ਦੇਖਦੇ ਰਹੋ ਕਾਂਛੀ ਟੀ ਵੀ। ਜੈ ਗੁਰਦੇਵ ਜੈ ਭੀਮ।